ਪਰ ਇਹਨਾਂ ਦੀ ਬੀਜੇਪੀ ਦੇ ਨਾਲ ਸੈਟਿੰਗ ਮੈਨੂੰ ਨਹੀਂ ਸਮਝ ਆਉਂਦੀ। ਕਦੀ ਤਾਂ ਕਹਿੰਦੇ ਜੀ ਕਾਲੇ ਕਾਨੂੰਨ ਬੀਜੇਪੀ ਨੇ ਬਣਾਏ, ਅਸੀਂ ਵਿਰੋਧ ਕੀਤਾ ਸੀ, ਤੇ ਕਦੀ ਜਾ ਕੇ ਮੋਦੀ ਸਾਹਿਬ ਦੇ ਪੈਰਾਂ ਵਿੱਚ ਬੈਠਦੇ, ਨੱਡਾ ਸਾਹਿਬ ਦੇ, ਹਾਏ ਪਾਪਾ ਜੀ ਸਾਡੇ ਨਾਲ ਸਮਝੌਤਾ ਕਰ ਲਓ, ਉਹ ਮਾਰਦੇ ਠੁੱਡਾ ਮਾਰ ਕੇ ਪਰੇ। ਖੇਤ ਬੜੇ ਗਧੇ ਨਾਲ ਨਹੀਂ ਹੁੰਦੀ ਜਿੰਨੀ ਅਕਾਲੀ ਦਲ ਵਾਲਿਆਂ ਨਾਲ ਹੋਈ ਹੈ। ਪੰਜਾਬ ਦੇ ਪਾਰਟੀ ਦੇ ਪ੍ਰਧਾਨ ਨੂੰ ਇਹ ਕਹਿਣਾ ਪੈ ਜਾਵੇ ਕਿ ਮੈਂ ਇਲੈਕਸ਼ਨ ਨਹੀਂ ਲੜਨਾ, ਪਿੱਛੇ ਕੀ ਰਹਿ ਗਿਆ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਰੋੜੀ ਸਾਡੇ ਨਾਲ ਨੇ, ਔਰ ਅੱਜ ਗੜਸ਼ੰਕਰ ਦੀ ਅਸੀਂ ਗੱਲ ਕਰ ਲਈਏ, ਹੋਰ ਮਜ਼ਬੂਤ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ, ਕਿਉਂਕਿ ਕਾਂਗਰਸ ਦੇ ਅਕਾਲੀ ਦਲ ਦੇ ਜਿਹੜੇ ਵੱਡੇ ਕਿਹੜੇ ਕਹਿ ਸਕਦੇ ਕਿ ਬਲਾਕ ਪ੍ਰਧਾਨ ਕਾਊਂਸਲਰ, ਉਹ ਆਮ ਆਦਮੀ ਪਾਰਟੀ ਸ਼ਾਮਿਲ ਹੋਏ। ਜੈਕਿਸ਼ਨ ਸਿੰਘ ਰੋੜੀ ਜੀ ਸਾਡੇ ਨਾਲ ਨੇ, ਸਰ ਕਹਿ ਸਕਦੇ ਹਾਂ ਕਿ ਇੱਕ ਵੱਡਾ ਝਟਕਾ ਕਾਂਗਰਸ ਦੇ ਅਕਾਲੀ ਦਲ ਨੂੰ ਲੱਗਿਆ? ਝਟਕਾ ਨਹੀਂ, ਇਹਦਾ ਆਖਰੀ ਝਟਕਾ ਲੱਗਦਾ ਮੈਨੂੰ ਉਹਨਾਂ ਦਾ, ਕਿਉਂਕਿ ਗੜਸ਼ੰਕਰ ਦੇ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ, ਸਾਡੇ ਜਿਹੜੇ ਕੌਂਸਲਰ ਸਾਹਿਬਾਨ, ਸਾਡੇ ਬਲਾਕ ਸੰਮਤੀ ਦੇ ਮੈਂਬਰ ਸਾਹਿਬਾਨ, ਬਲਾਕ ਸੰਮਤੀ ਦੇ ਚੇਅਰਮੈਨ ਸਾਹਿਬ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰ, ਪਿੰਡਾਂ ਦੇ ਸਰਪੰਚ ਸਾਹਿਬਾਨ, ਸਾਡੇ ਅਜਮੇਰ ਸਿੰਘ ਢਿੱਲੋਂ, ਬਲਵੀਰ ਸਿੰਘ ਢਿੱਲੋਂ, ਸਾਡੇ ਨਗਰ ਕੌਂਸਲ ਦੇ ਜਿਹੜੇ ਆ ਬਾਕੀ ਸਾਬਕਾ ਐਮ ਸੀ ਸਾਹਿਬ ਖੜ੍ਹੇ ਆ, ਸਾਡੇ ਜਿਹੜੇ ਆ ਉਹਦੇ ਨਾਲ ਨਾਲ ਸ਼ਹਿਰੀ ਕੌਂਸਲ ਪ੍ਰਧਾਨ, ਅਕਾਲੀ ਦਲ ਦੇ ਵਪਾਰ ਮੰਡਲ ਦੇ ਪ੍ਰਧਾਨ, ਸਾਰੇ ਆਮ ਆਦਮੀ ਪਾਰਟੀ ਸ਼ਾਮਿਲ ਹੋਏ। ਮੈਂ ਸਾਰਿਆਂ ਨੂੰ ਜੀ ਆਖਦਾ, ਉਹਨਾਂ ਨੇ ਮੋਹਰ ਲਾਈ ਹੈ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਕੀਤੇ ਹੋਏ ਕੰਮਾਂ ਦੇ ਉੱਤੇ। ਅੱਜ ਤੁਹਾਨੂੰ ਲੱਗਦਾ ਕਿ ਸਾਰੇ ਸੁਲਝੇ ਹੋਏ ਨੇ ਜਿੰਨੇ ਵੀ ਜਿਹੜੇ ਬਲਾਕ ਦੇ, ਤੁਸੀਂ ਕਿਹਾ ਕਿ ਕਾਊਂਸਲਰਸ ਨੇ, ਕਿਉਂਕਿ ਲੋਕਾਂ ਦੇ ਬੇਸਿਕ ਕਮਿਊਨਿਟੀ ਜਿਹੜੀ ਹੁੰਦੀ ਹੈ, ਜਿਹੜੀ ਵੀ ਜਿਹੜੀ ਲੋਕਾਂ ਦੀ ਪ੍ਰੋਬਲਮਸ ਹੁੰਦੀ ਉਹ ਬਲੀਵਤੀ ਜਾਣਦੇ ਵੀ ਹੈ, ਚੰਗੀ ਤਰ੍ਹਾਂ ਜਾਣਦੇ ਹੈ, ਤਾਂ ਤੁਹਾਨੂੰ ਲੱਗਦਾ ਕਿ ਹੋਰ ਵੀ ਜਿਹੜੀ ਚੀਜ਼ਾਂ ਨੂੰ ਲੈ ਕੇ ਵਿਕਾਸ ਦੇ ਕੰਮ ਜਿਹੜੇ ਹੈਗੇ ਉਹ ਆਉਣ ਵਾਲੇ ਸਮੇਂ 'ਚ ਇਹ ਸਿਲੈਕਟਡ ਨਹੀਂ ਸਨ ਜਿੰਨਿਆਂ ਦੀ ਮੈਂ ਗੱਲ ਕੀਤੀ, ਇਹ ਇਲੈਕਟਡ ਸਨ। ਬਿਲਕੁਲ ਇਲੈਕਟਡ ਜਿਹੜਾ ਬੰਦਾ ਹੁੰਦਾ ਉਹ ਲੋਕਾਂ ਦੀ ਨਬਜ਼ ਹੁੰਦੀ, ਜਾਣਦਾ ਹੁੰਦਾ, ਔਰ ਲੋਕਾਂ ਨੇ ਉਹਨੂੰ ਚੁਣਿਆ ਹੀ ਤਾਂ ਹੁੰਦਾ, ਲੋਕਾਂ ਨੂੰ ਉਹ 'ਤੇ ਵਿਸ਼ਵਾਸ ਹੁੰਦਾ। ਬਿਲਕੁਲ ਵਿਸ਼ਵਾਸ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਦੇ 'ਚ ਜਤਾਇਆ ਕਿ ਜਿਹੜੇ ਕੰਮ ਕਰ ਰਹਿੰਦੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਪੂਰਾ ਕਰੂਗੀ, ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹਨਾਂ ਦੇ ਜਿਹੜੇ ਮਨ ਦੇ ਖਿਆਲ ਆ ਉਹਨਾਂ ਨੂੰ ਅਸੀਂ ਪੂਰੇ ਯੋਗ ਕਰਾਂਗੇ। ਗੁਰੂ ਸਾਹਿਬ, ਦੂਜੇ ਪਾਸੇ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ, ਉਹਦੇ ਵਿੱਚ ਜਿਹੜੇ ਸੀਰੀਅਸ ਐਲੀਗੇਸ਼ਨ ਵੀ ਲਾਏ ਜਾ ਰਹੇ ਆਮ ਆਦਮੀ ਪਾਰਟੀ ਕਿ 2 ਸਾਲਾਂ 'ਚ ਕੀ ਹੋਇਆ, ਲੋਕਾਂ 'ਚ ਜਾ ਕੇ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਕਹਿੰਦੇ ਨਜ਼ਰ ਆ ਰਹੇ ਕਿ ਪੰਜਾਬ ਦਾ ਹਾਲ, ਨਸ਼ੇ ਦੀ ਗੱਲ ਕੀਤੀ ਗਈ ਸੀ ਜਾਂ ਹੋਰ ਜਿਹੜੀ ਚੀਜ਼ਾਂ ਦੀ ਗੱਲ ਕੀਤੀ ਗਈ ਸੀ, ਸਟੈਂਡ ਕਿੱਥੇ ਕਰਦੀ ਆ? 2 ਸਾਲਾਂ ਦੇ ਵਿੱਚ ਇਹ ਹੋਇਆ ਕਿ ਜੋ ਟਰੈਕਟਰ ਦੇ ਉੱਤੇ ਅੱਜ ਬਿਠਾਲ ਦਿੱਤੇ ਨੇ ਜੀਵ ਦੇ ਛਤਰੀ ਲਾ ਕੇ, ਪਹਿਲਾਂ ਗੱਡੀ 'ਚੋਂ ਨਹੀਂ ਉਤਰਦੇ ਸੀ। 2 ਸਾਲਾਂ 'ਚ ਇਹ ਹੋਇਆ, 2 ਸਾਲਾਂ ਦੇ ਵਿੱਚ ਅਕਾਲੀ ਦਲ ਦੇ ਪੰਜਾਬ ਦੇ ਪ੍ਰਧਾਨ ਨੂੰ ਇਹ ਕਹਿਣਾ ਪਿਆ ਕਿ ਮੈਂ ਇਲੈਕਸ਼ਨ ਨਹੀਂ ਲੜਨਾ, ਇਹ ਹੋਇਆ 2 ਸਾਲ ਦੇ ਵਿੱਚ। ਕਿਉਂ ਹੋਇਆ? ਜਦੋਂ ਲੋਕਾਂ ਦੇ ਕੰਮ ਕੀਤੇ, ਲੋਕਾਂ ਦੇ ਨਾਲ ਜਿੰਨੀਆਂ ਗਰੰਟੀਆਂ ਕੀਤੀਆਂ ਸੀ, ਭਾਵੇਂ ਹੈਲਥ ਦੀ ਸੀ, ਐਜੂਕੇਸ਼ਨ ਦੀ ਸੀ, ਇਨਵਾਇਰਮੈਂਟ ਦੀ, ਇਨਫਰਾਸਟਰਕਚਰ, ਇੰਪਲਾਇਮੈਂਟ ਦੀ, ਸਾਰੀਆਂ ਪੂਰੀਆਂ ਕਰਕੇ ਲੋਕਾਂ ਨੂੰ ਖੜੇ ਖੜੇ ਆ। ਇਹ ਨਹੀਂ ਕਹਿੰਦੇ ਕਰ ਦਿਆਂਗੇ, ਜਦੋਂ 3 ਮਹੀਨੇ ਹੋਏ ਸੀ ਉਦੋਂ ਲੋਕਾਂ ਦੇ ਨਾਲ ਸਭ ਤੋਂ ਵੱਡਾ ਕੰਮ 10-10 ਹਜ਼ਾਰ ਬਿਜਲੀ ਦਾ ਬਿੱਲ ਆਉਂਦਾ ਸੀ। ਅੱਜ ਹਰੇਕ ਪੰਜਾਬ ਦੀ ਮਾਂ, ਹਰੇਕ ਪੰਜਾਬ ਦਾ ਪੁੱਤ ਜਿਹੜਾ ਕਹਿ ਰਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਉਮਰ ਲੰਬੀ ਹੋਵੇ, ਜਿਹਨੇ ਸਾਨੂੰ ਪੰਜਾਬ ਦੇ ਬਿਜਲੀ ਦੇ ਬਿੱਲਾਂ ਤੋਂ ਜਿਹੜੀ ਨਿਆਤ ਦਵਾਈ ਹੈ। ਸਰ, ਅੱਜ ਅੰਮ੍ਰਿਤਸਰ ਵਿਕਰਮ ਮਜੀਠੀਆ ਨੇ, ਹੁਣ ਵੀ ਪੀਸੀ ਚੱਲ ਰਹੀ ਹੈ, ਉਹ ਸਾਫ਼ ਤੌਰ 'ਤੇ ਮੁੱਖ ਮੰਤਰੀ 'ਤੇ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦਾ ਸਮਝ ਹੀ ਨਹੀਂ ਆਉਂਦਾ ਕਿ ਕਾਂਗਰਸ ਦੇ ਨਾਲ ਉਹਨਾਂ ਦੀ ਕੀ ਸੈਟਿੰਗ ਹੈ। ਦਿਨ 'ਚ ਜਿਹੜਾ ਹੈਗਾ ਕਾਂਗਰਸ ਦੇ ਨਾਲ ਹੋ ਜਾਂਦੇ, ਰਾਤ ਨੂੰ ਭਾਜਪਾ ਦੇ ਨਾਲ ਹੋ ਜਾਂਦੇ ਨੇ, ਇਹਨਾਂ ਦੀ ਸੈਟਿੰਗ ਸਮਝ ਨਹੀਂ ਆਉਂਦੀ? ਚਲੋ, ਸੈਟਿੰਗ ਦੀ ਕੋਈ ਗੱਲ ਨਹੀਂ ਹੈ, ਉਹ ਤਾਂ ਲੋਕਾਂ ਨੂੰ ਸਾਰਾ ਪਤਾ ਕਿ ਪੰਜਾਬ 13-0 ਹੁਣ ਜਾ ਰਹੀ ਹੈ, ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਨੂੰ ਜਿਹੜੇ ਲੋਕ ਜਿਹੜਾ ਕੰਮ ਕਰ ਰਹੇ, ਪਰ ਇਹਨਾਂ ਦੀ ਬੀਜੇਪੀ ਦੇ ਨਾਲ ਸੈਟਿੰਗ ਮੈਨੂੰ ਨਹੀਂ ਸਮਝ ਆਉਂਦੀ। ਕਦੀ ਤਾਂ ਕਹਿੰਦੇ ਜੀ ਕਾਲੇ ਕਾਨੂੰਨ ਬੀਜੇਪੀ ਨੇ ਬਣਾਏ, ਅਸੀਂ ਵਿਰੋਧ ਕੀਤਾ ਸੀ, ਤੇ ਕਦੀ ਜਾ ਕੇ ਮੋਦੀ ਸਾਹਿਬ ਦੇ ਪੈਰਾਂ ਵਿੱਚ ਬੈਠਦੇ, ਨੱਡਾ ਸਾਹਿਬ ਦੇ, ਹਾਏ ਪਾਪਾ ਜੀ ਸਾਡੇ ਨਾਲ ਸਮਝੌਤਾ ਕਰ ਲਓ, ਉਹ ਮਾਰਦੇ ਠੁੱਡਾ ਮਾਰ ਕੇ ਪਰੇ। ਖੇਤ ਬੜੇ ਗਧੇ ਨਾਲ ਨਹੀਂ ਹੁੰਦੀ ਜਿੰਨੀ ਅਕਾਲੀ ਦਲ ਵਾਲਿਆਂ ਨਾਲ ਹੋਈ ਹੈ। ਤੁਸੀਂ ਮੈਨੂੰ ਦੱਸੋ, ਪੰਜਾਬ ਦੇ ਪਾਰਟੀ ਦੇ ਪ੍ਰਧਾਨ ਨੂੰ ਇਹ ਕਹਿਣਾ ਪੈ ਜਾਵੇ ਕਿ ਮੈਂ ਇਲੈਕਸ਼ਨ ਨਹੀਂ ਲੜਨਾ, ਪਿੱਛੇ ਕੀ ਰਹਿ ਗਿਆ? ਕਹਿਣ ਦਾ ਭਾਵ ਬੀਜੇਪੀ ਅਕਾਲੀ ਦਲ ਦਾ ਜਿਹੜਾ ਮਾੜਾ ਮੋਟਾ ਨਿਰਧਾਰ ਸੀ, ਜਿਹੜੇ ਚੰਗੇ ਲੋਕ ਸੀ, ਇਸ ਸਮੇਂ ਬਹੁਤ ਨਮੋਸ਼ੀ ਦੇ ਵਿੱਚ ਨੇ ਕਿ ਸਾਡੀ ਪਾਰਟੀ ਨਾਲ, ਬੀਜੇਪੀ ਵਰਗੀ ਪਾਰਟੀ ਜਿਹਨੂੰ ਪਿੰਡਾਂ 'ਚੋਂ 5-5, 10-10 ਵੋਟਾਂ ਵੀ ਨਹੀਂ ਪੈਣੀਆਂ, ਉਹ ਸਮਝੌਤਾ ਕਰਨ ਨੂੰ ਤਿਆਰ ਨਹੀਂ, ਪੰਜਾਬ ਦੇ ਲੋਕ ਇਹਨਾਂ ਨੂੰ ਸਮਝੌਤਾ ਕਦੋਂ ਕਰਨਗੇ? ਕਿਸ ਤਰ੍ਹਾਂ ਇਲੈਕਸ਼ਨਸ ਨੂੰ ਦੇਖਦੇ ਹੋ ਹੁਣ, ਬਿਲਕੁਲ ਨੇੜੇ ਇਲੈਕਸ਼ਨਸ, ਕਿਸ ਤਰ੍ਹਾਂ ਲੋਕਾਂ ਤੋਂ ਤੁਸੀਂ ਜਾ ਰਹੇ ਹੋ, ਲੋਕਾਂ ਦੇ ਰੁਝਾਨ ਕਿਸ ਤਰ੍ਹਾਂ ਦੇਖਦੇ? ਗੱਲ ਇੱਕੋ ਹੀ ਕਲੀਅਰ ਆ, ਕਿਉਂ ਪੜੇ ਹੋ ਚੱਕਰ ਮੈਂ, ਕੋਈ ਨਹੀਂ ਹੈ ਟੱਕਰ ਮੈਂ, 13-0 ਪੰਜਾਬ 'ਚ ਹੋਗੀ, ਬਹੁਤ ਬਹੁਤ ਮੁਬਾਰਕਬਾਦ। ਠੀਕ ਹੈ, ਤਾਂ ਬਿਲਕੁਲ ਜੈਕਿਸ਼ਨ ਸਿੰਘ ਰੋੜੀ ਸਾਡੇ ਨਾਲ ਸੀ, ਉਹਨਾਂ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਕਿਸ ਤਰ੍ਹਾਂ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਕੰਮ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ, ਅਤੇ ਕਾਂਗਰਸ ਅਤੇ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਜ਼ਰੂਰ ਲੱਗਿਆ, ਕਿਉਂਕਿ
ਕਾਊਂਸਲਰਸ, ਇਲੈਕਟਿਡ ਜਿਹੜੇ ਕਾਊਂਸਲਰਸ ਨੇ, ਬਲਾਕ ਸਮਿਤੀ, ਨਗਰ ਕਾਊਂਸਲ ਦੇ ਜਿਹੜੇ ਪ੍ਰਧਾਨ ਹੈ, ਉਹ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18।